ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਪਮਾਨ ਕੀਤਾ। ਜ਼ੋਰ ਤੇ ਬੇਨਤੀ ਆ, ਮੇਰੀ ਗੱਲ ਲੋਕਾਂ ਤੱਕ ਪਹੁੰਚਾਇਓ, ਭਗਵੰਤ ਮਾਨ ਤੱਕ ਪਹੁੰਚਾਇਓ। ਤੇ ਭਗਵੰਤ ਮਾਨ ਜਦੋਂ ਤੂੰ ਇੱਥੇ ਆਏਗਾ, ਮੈਂ ਤੇਰਾ ਡੱਟ ਕੇ ਵਿਰੋਧ ਕਰੂੰਗਾ, ਲੋਕਾਂ ਦੇ ਹੋਏ ਅਪਮਾਨ ਦਾ ਤੇਰੇ ਤੋਂ ਬਦਲਾ ਵਿਰੋਧ ਕਰਕੇ ਲਊਂਗਾ। ਮੈਂ ਭਗਵੰਤ ਮਾਨ ਦਾ ਵਿਰੋਧ ਕਰਨ ਦੇ ਲਈ ਆਪਣੇ ਮਕਸਦ ਕਾਮਯਾਬ ਹੋਇਆ। ਲੋਕਾਂ ਦੇ ਨਾਲ ਕੀ ਬੇਇਨਸਾਫੀ ਕੀਤੀ ਹੈ, ਤੂੰ ਲੋਕਾਂ ਦੇ ਨਾਲ ਧੱਕਾ ਕੀਤਾ, ਮੇਰਾ ਪੰਜਾਬ ਦੀ ਵਿਧਾਨ ਸਭਾ 'ਚ ਅਪਮਾਨ ਕੀਤਾ। ਅੱਜ ਮੈਂ ਤੇਰੇ ਤੋਂ ਬਦਲਾ ਲੈਣ ਦੇ ਲਈ ਮੈਂ ਇੱਥੇ ਪਹੁੰਚ ਚੁੱਕਾ, ਔਰ ਤੇਰੀਆਂ ਪੁਲਿਸ ਵਾਲੀਆਂ ਜਿਹੜੀਆਂ ਉਹ ਸਾਰੀਆਂ ਬੰਦਸ਼ਾਂ ਤੋੜ ਕੇ ਅੱਜ ਮੈਂ ਇੱਥੇ ਪਹੁੰਚ ਚੁੱਕਾ, ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਇਸ ਭਗਵੰਤ ਮਾਨ ਦਾ ਵਿਰੋਧ ਕਰਨ ਵਾਸਤੇ। ਭਗਵੰਤ ਮਾਨ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ। ਭਗਵੰਤ ਮਾਨ ਨੇ ਅਪਮਾਨ ਕੀਤਾ ਸੀ, ਮੈਂ ਕਿਹਾ ਸੀ, ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਭਗਵੰਤ ਮਾਨ ਜਦੋਂ ਤੂੰ ਇੱਥੇ ਆਏਗਾ, ਮੈਂ ਤੇਰਾ ਡੱਟ ਕੇ ਵਿਰੋਧ ਕਰੂੰਗਾ, ਲੋਕਾਂ ਦੇ ਹੋਏ ਅਪਮਾਨ ਦਾ ਤੇਰੇ ਤੋਂ ਬਦਲਾ ਵਿਰੋਧ ਕਰਕੇ ਲਊਂਗਾ। ਮੈਂ ਕੋਈ ਅਪ ਸ਼ਬਦ ਨਹੀਂ ਬੋਲ ਰਿਹਾ, ਮੈਂ ਕੋਈ ਅਜਿਹਾ ਪਾਰਲੀਮੈਂਟੇਰੀਅਨ ਸ਼ਬਦ ਨਹੀਂ ਬੋਲ ਰਿਹਾ। ਮੈਂ ਸਿਰਫ ਭਗਵੰਤ ਮਾਨ ਨੂੰ ਇਹ ਦੱਸਣ ਲਈ ਕਿ ਤੇਰੀਆਂ ਅੱਜ ਪੁਲਿਸ ਵੀ ਕੁਛ ਨਹੀਂ ਕਰ ਸਕੀ, ਤੇਰੇ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰ ਸਕੇ, DGP ਕੁਛ ਨਹੀਂ ਕਰ ਸਕਿਆ। ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਤੇਰਾ ਵਿਰੋਧ ਕਰਨ ਵਾਸਤੇ। ਉਹ ਦੇਖੋ ਮੇਰੇ ਸਾਰੇ ਸਾਥੀਆਂ ਨੂੰ ਉੱਥੇ ਰੋਕਿਆ ਹੋਇਆ, ਉਹ ਦੇਖੋ ਹਜ਼ਾਰਾਂ ਸਾਥੀ ਕਾਲੇ ਝੰਡੇ ਲੈ ਕੇ ਉਹਦਾ ਸਵਾਗਤ ਕਰਨ ਵਾਸਤੇ ਇੱਥੇ ਖੜੇ ਸੀ। ਅਸੀਂ ਆ, ਮੈਨੂੰ ਕਾਲਾ ਝੰਡਾ ਦੇ ਦਿਓ। ਲਓ, ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਿਆ। ਭਗਵੰਤ ਮਾਨ ਮੁਰਦਾਬਾਦ, 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 ਭਗਵੰਤ ਮਾਨ ਮੁਰਦਾਬਾਦ, 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 ਭਗਵੰਤ ਮਾਨ ਹਾਏ ਹਾਏ, ਹਾਏ ਹਾਏ, ਹਾਏ ਹਾਏ, ਦਲਤਾਂ ਤੇ ਜ਼ੁਲਮ ਕਰਨ ਵਾਲਾ ਭਗਵੰਤ ਮਾਨ ਹਾਏ ਹਾਏ, ਹਾਏ ਹਾਏ, ਹਾਏ ਹਾਏ, ਦਲਤਾਂ ਤੇ ਜ਼ੁਲਮ ਕਰਨ ਵਾਲਾ ਭਗਵੰਤ ਮਾਨ ਹਾਏ ਹਾਏ, ਹਾਏ ਹਾਏ, ਹਾਏ ਹਾਏ, ਭਗਵੰਤ ਮਾਨ ਹਾਏ ਹਾਏ, ਹਾਏ ਹਾਏ, ਹਾਏ ਹਾਏ, ਭਗਵੰਤ ਮਾਨ ਹਾਏ ਹਾਏ, ਹਾਏ ਹਾਏ, ਹਾਏ ਹਾਏ, ਭਗਵੰਤ ਮਾਨ ਹਾਏ ਹਾਏ, ਹਾਏ ਹਾਏ, ਹਾਏ ਹਾਏ। ਮੈਨੂੰ ਬੈਠਾ ਰਹਿਣ ਦੋ ਇੱਥੇ, ਮੈਨੂੰ ਬੈਠਾ ਰਹਿਣ ਦੋ ਇੱਥੇ, ਬਸ ਗੱਲ ਕਰਦਾ, ਬੈਠਾ ਰਹਿਣ ਦੋ, ਮੈਨੂੰ ਧੱਕਾ ਨਾ ਕਰੋ। ਮੈਂ ਆਪਣੇ ਮਕਸਦ 'ਚ ਕਾਮਯਾਬ ਹੋਇਆ, ਮੈਂ ਭਗਵੰਤ ਮਾਨ ਦਾ ਵਿਰੋਧ ਕਰਨ ਦੇ ਲਈ ਆਪਣੇ ਮਕਸਦ 'ਚ ਕਾਮਯਾਬ ਹੋਇਆ। ਲੋਕਾਂ ਨੇ ਮੇਰਾ ਸਾਥ ਦਿੱਤਾ, ਮੈਂ MLA ਹਾਂ, ਮੇਰਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਪਮਾਨ ਕੀਤਾ, ਮੈਂ ਇਸ ਕਰਕੇ ਭਗਵੰਤ ਮਾਨ ਦਾ ਵਿਰੋਧ ਕਰਨ 'ਚ ਕਾਮਯਾਬ ਹੋਇਆ। ਸਾਰੇ ਮੀਡੀਆ ਵਾਲਿਓ, ਹੱਥ ਜੋੜ ਕੇ ਬੇਨਤੀ ਆ, ਮੇਰੀ ਗੱਲ ਲੋਕਾਂ ਤੱਕ ਪਹੁੰਚਾਇਓ, ਭਗਵੰਤ ਮਾਨ ਤੱਕ ਪਹੁੰਚਾਇਓ। ਅਗਰ ਮੇਰੀ ਇੱਧਰੋਂ ਉਹ ਦੇਖੋ, ਮੇਰੇ ਹਜ਼ਾਰਾਂ ਵਰਕਰਾਂ ਨੂੰ ਉੱਧਰ ਰੁਕਿਆ ਹੋਇਆ, ਮੈਂ ਪੁਲਿਸ ਦੀਆਂ ਸਾਰੀਆਂ ਬੰਦਿਸ਼ਾਂ ਤੋੜ ਇੱਥੇ ਤੱਕ ਪਹੁੰਚ ਗਿਆ, ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ। ਭਗਵੰਤ ਮਾਨ ਹਾਏ ਹਾਏ, ਭਗਵੰਤ ਮਾਨ ਮੁਰਦਾਬਾਦ। ਮੇਰੇ ਸਾਥੀਆਂ ਨੂੰ ਦੇਖੋ, ਉੱਥੇ ਪਿੱਛੇ ਰੁਕਿਆ ਹੋਇਆ, ਜਿੱਥੇ ਮਰਜ਼ੀ ਲੈ ਜਾ, ਗੱਡੀ ਛੱਡ ਕੇ ਪਹੁੰਚ ਜਾ, ਉਹ ਗੱਡੀ ਖੜੀ ਉਹ ਆਪਣੇ ਸੀ ਵਾਲੀ ਗੱਡੀ, ਸੀ ਵਾਲੀ, ਸੀ ਵਾਲੀ, ਸੀ ਵਾਲੀ, ਸੀ ਵਾਲੀ, ਸੁਣਨਾ ਮੇਰੀ, ਜੇ ਮੇਰੇ ਮਾਰਿਆ ਨਾ। ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬੀ ਮੁੰਡਾ।